ਜਿਹੜਾ ਵਿਅਕਤੀ ਨਾ ਕਰਨ ਵਾਲੇ ਕੰਮ ਨੂੰ ਕਰਦਾ ਹੈ ਅਤੇ ਕਰਨ ਯੋਗ ਕੰਮ ਵੱਲ ਧਿਆਨ ਨਹੀਂ ਦਿੰਦਾ, ਜਿਹੜਾ ਵਿਅਕਤੀ ਆਪਣੇ ਅਸਲ ਮਕਸਦ ਨੂੰ ਭੁੱਲ ਕੇ ਥੋੜਾ ਚਿਰ ਟਿਕਣ ਵਾਲੇ ਸੁੱਖਾਂ ਵਿੱਚ ਡੁੱਬਾ ਰਹਿੰਦਾ ਹੈ, ਉਹ ਵਿਅਕਤੀ ਬਹੁਤ ਹੀ ਜਲਦ ਪਸ਼ਚਾਤਾਪ ਅਤੇ ਐਰਖਵਾਦ ਈਰਸ਼ਾ ਦੇ ਵਸ ਹੋ ਜਾਂਦਾ ਹੈ, ਕਿਉਂਕਿ ਉਹਦੇ ਨਾਲ ਚੱਲਣ ਵਾਲੇ ਜਿਹੜੇ ਨੇ ਉਹਦੇ ਤੋਂ ਬਹੁਤ ਅੱਗੇ ਚਲੇ ਜਾਂਦੇ ਨੇ, ਉਹ ਬਹੁਤ ਪਿੱਛੇ ਰਹਿ ਜਾਂਦਾ ਹੈ। ਹੁਣ ਉਹਦੇ ਕੋਲ ਸਿਵਾਏ ਪਸ਼ਚਾਤਾਪ ਤੇ ਸਿਵਾਏ ਈਰਸ਼ਾ ਦੇ ਕੁਝ ਬਚਦਾ ਹੀ ਨਹੀਂ। ਇਸੇ ਕਰਕੇ ਮਹਾਰਾਜ ਜੀ ਸਾਨੂੰ ਵਾਰ ਵਾਰ ਸੁਚੇਤ ਕਰਦੇ ਨੇ। ਪਾਤਸ਼ਾਹ ਕਹਿੰਦੇ, ਇਹ ਅਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ।